जस पंजाबी देखते सारे दर्शकों का स्वागत है। तुसी वेख रहे हो प्रोग्राम वेल्थ वाइज। तो जिस तरह तुहाडे नाल हर हफ्ते दो बारी मिलते हैं वक-वक एकनोमिक फाइनैंशियल ते तुहाडी वेल्थ रिलेटेड सबजैक्ट्स नूं डिस्कस करन लई अज भी हाजिर होए हां तुहाडे नाल इस चीज़ की गल करन लई। आपां बहुत कवर कीती है PPP एंड होर वक्री गवर्नमेंट प्रोवाइडेड फाइनैंशियल असिस्टेंस जो कोविड रिलीफ नूं लैके खास करके बिजनेसिस लई रिलीज की गई सी। बट अज आपां थोड़ा जहा गल करेंगे तुहाडे नाल कि ट्रेडिशनल लोनस ते कुछ ग्रांट्स जो हुण स्टेट लैवल ते अवेलेबल हो जा रही हैं उन्होंने बारे तुहानूं की पता होना चाहिए ताकि तुसीं भी उन्हां दी एडवांटेज लै सको खास करके अपने बिजनेस लई। ते इस चीज़ ते साडे नाल डिस्कशन करन लई ते साणू जानकारी देण लई साणू जॉइन कर रहे हैं मिस ज्योति सिंह, प्रेजिडेंट ऑफ नानकी कैपिटल। ज्योति जी, तुहाडा प्रोग्राम दे विच स्वागत है। सति श्री अकाल। गुड टू हैव यू बैक ज्योति जी। वंस अगैन तुसी साडे नाल रेगुलरली जुड़दे हो इन टॉपिक्स से डिस्कस करन लई। तुहाडी फर्म नानकी कैपिटल फाइनैंशियल ते बिजनेस बिजनेसिस दी हेल्प करदी है खास करके स्मॉल बिजनेसिस जिन्हां नूं इनिशियली बहुत गाइडेंस दी लोड हुंदी है जदों ओह इन कॉन्वर्सेशनस नूं नैविगेट करदे है भावें ਉਹ ਬੈਂਕਿੰਗ ਸਾਈਡ 'ਤੇ ਹੋਏ, ਇੰਸ਼ੋਰੈਂਸ ਸਾਈਡ 'ਤੇ ਹੋਏ, ਔਰ ਈਵਨ ਥਿੰਗਸ ਲਾਈਕ ਪੁਟਿੰਗ ਟੁਗੈਦਰ ਅ ਬਿਜ਼ਨਸ ਪਲਾਨ, ਰਾਈਟ? ਜਿਸ ਤਰ੍ਹਾਂ ਆਪਾਂ ਥੋੜ੍ਹੀ ਜਿਹੀ ਗੱਲ ਲਾਸਟ ਟਾਈਮ ਵੀ ਕੀਤੀ ਸੀ। ਬਟ ਅੱਜ ਆਪਾਂ ਇਸ ਗ੍ਰਾਂਟ ਵਰਸਿਸ ਲੋਨ 'ਤੇ ਕੀ ਸਟੇਟ ਡਿਵੈਲਪਡ ਪ੍ਰੋਗਰਾਮਸ ਅਨਵੇਲ ਹੋਏ ਹੈ ਰੀਸੈਂਟਲੀ, ਨਵੇਂ ਪ੍ਰੋਗਰਾਮਸ ਰਿਲੀਜ਼ ਹੋਏ ਹੈ, ਇਨ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ। ਤੁਸੀਂ ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਏ ਹੋ ਸਾਡੇ ਲਈ ਅੱਜ, ਸੋ ਕਾਫੀ ਪੈਕਡ ਐਪੀਸੋਡ ਹੋਏਗਾ। ਬਟ ਆਈ ਥਿੰਕ ਸਭ ਤੋਂ ਪਹਿਲੇ ਸਾਨੂੰ ਇਸ PPP जो खास करके रीसेंट अपडेट्स हैं इस पे चैक प्रोटैक्शन प्लान नू लैके उत्थे शुरू करते हैं, बिकॉज रीसेंटली कुछ चीज़ा नवियाँ साइन हुई हैं कांग्रेस विच इन प्लान्स नू लैके। सो मैं जरूर चाहवांगी तुसी इन अपडेट्स दे नाल साडा अज प्रोग्राम शुरू करो। हाँ जी, थैंक यू अश्मिता, सत श्री अकाल सारे नो। सो यू नो PPP दी जी एप्लीकेशन हैगियां हाले चल रही हैगियां, सो जिन्होंने नहीं भरिया उन्होंने रिक्वेस्ट की जा रही है कि तुसी प्लीज जब तक फंडिंग चल रही है टू एक्सेस दिस फंडिंग। ऑलसो PPP दी काफ़ी हुण बेनीफिट्स हो गई, कांग्रेस ने मेड सम चेंजेस एंड ए काफ़ी बेनीफिट है क्योंकि जिदा ਪਹਿਲਾਂ ਸੀਗਾ, ਯੂ ਨੋ ਹੁਣ ਅਸੀਂ ਗ੍ਰਾਫ ਹੀ ਦਿਖਾਵਾਂਗੇ ਦਰਸ਼ਕਾਂ ਨੂੰ, ਬਟ ਯੂ ਨੋ ਪਹਿਲਾਂ ਸੀਗਾ 2 ਈਅਰਸ ਦਾ ਸੀਗਾ ਲੋਨ, ਹੁਣ 5 ਈਅਰਸ ਦਾ ਲੋਨ ਹੈਗਾ। ਐਂਡ ਆਲਸੋ ਦਾ ਜਿਹੜਾ ਟਾਈਮ ਫਰੇਮ ਹੈਗਾ ਫਰੋਮ 8 ਵੀਕਸ ਟੂ 24 ਵੀਕਸ, ਸੋ ਫਰੋਮ 2 ਮੰਥਸ ਟੂ 6 ਮੰਥਸ ਦਾ ਹੈਗਾ ਟਾਈਮ ਟੂ ਯੂਜ਼ ਦਾ ਫੰਡਸ, ਉਹ ਵਿੱਚ ਕਾਫੀ ਬੈਨੀਫਿਟ ਆ ਗਿਆ। ਦੂਜੀ ਗੱਲ ਕਾਫੀ ਬੈਨੀਫਿਟ ਆ ਗਈ ਹੈਗੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਰੀਹਾਇਰ ਕਰਨਾ ਹੈਗਾ ਤੇ ਉਹਦੇ ਵਿੱਚ ਤੁਹਾਨੂੰ ਹੁਣ ਰੀਹਾਇਰ, ਪਹਿਲਾਂ June 30 ਤੱਕ ਤੁਹਾਡੀ ਰੀਹਾਇਰਿੰਗ ਡੈਡਲਾਈਨ ਸੀਗੀ, ਹੁਣ December 31 ਤੋਂ ਤੁਸੀਂ ਰੀਹਾਇਰ ਕਰ ਸਕਦੇ ਹੋ। ਐਂਡ ਵਨ ਮੋਰ ਥਿੰਗ, ਕਾਫੀ ਅੱਛੀ ਗੱਲ ਹੋਈ ਹੈ ਕਿ ਜਿਹੜਾ ਪੇਰੋਲ ਐਲੋਕੇਸ਼ਨ ਸੀਗਾ, ਜਿੰਨਾ ਤੁਹਾਨੂੰ ਲੋਨ ਸੀਗਾ ਪਹਿਲਾਂ ਕਹਿੰਦੇ ਸੀ 75% ਹੈਜ਼ ਟੂ ਗੋ ਟੂ ਪੇਰੋਲ, ਹੁਣ ਉਹਨਾਂ ਨੇ ਐਡਜਸਟਮੈਂਟ ਕੀਤੀ ਹੈ 60% ਟੂ ਪੇਰੋਲ। ਐਜ ਯੂ ਕੈਨ ਸੀ, ਇਹਨਾਂ ਵਿੱਚ ਨਾ 5 ਈਅਰਸ ਪੇ ਬੈਕ, 24 ਵੀਕਸ, 6 ਮੰਥਸ ਟੂ ਡਿਸੰਬਰ ਹੁਣ ਤੱਕ ਡੈਡਲਾਈਨ ਹੈ, ਐਂਡ 60% ਪੇਰੋਲ ਦਾ ਐਲੋਕੇਸ਼ਨ। ਇਹ ਸਾਰੀ ਚੇਂਜਿਸ ਬੈਨੀਫਿਟ ਕਰਨਗੀਆਂ ਸਮਾਲ ਬਿਜ਼ਨਸ ਨੂੰ ਜਿਹੜਾ ਬੰਦ ਹੋਇਆ ਪਈਆਂ ਸੀਗੀਆਂ ਐਂਡ ਹਾਲੇ ਖੁੱਲ੍ਹੀ ਨਹੀਂ ਹੈਗੀਆਂ। ਸੋ ਇਹ ਸਾਰੀਆਂ ਜਿਹੜੀਆਂ ਐਡਜਸਟਮੈਂਟਸ ਹੋਈਆਂ ਇਹ ਉਹ ਕੰਸਿਡਰ ਕਰਕੇ, ਜਿਹੜੇ ਰੈਸਟੋਰੈਂਟ ਬੰਦ ਸੀਗੇ, ਰੀਹਾਇਰਿੰਗ ਸਿਚੁਏਸ਼ਨਸ, ਉਹ ਸਾਰੀਆਂ ਚੀਜ਼ਾਂ ਕਾਫੀ ਬੈਨੀਫਿਟ ਹੋਈ ਹੈ। ਸੋ ਹੁਣ ਅਗੇਨ ਫੰਡਿੰਗ ਹੈਗੀ ਹੈ ਤਾਂ ਤੁਸੀਂ ਪਲੀਜ਼ ਟਰਾਈ ਕਰੋ, ਅਪਲਾਈ ਕਰੋ। ਦਿਸ ਇਜ਼ ਅ ਵੈਰੀ ਗੁੱਡ ਪ੍ਰੋਗਰਾਮ ਆਪਣੇ ਬਿਜ਼ਨਸ ਨੂੰ ਮੇਨਟੇਨ ਕਰਨਾ, ਇੰਪਲੋਈਜ਼ ਨੂੰ ਮੇਨਟੇਨ ਕਰਨਾ, ਅਤੇ ਓਵਰਆਲ ਯੂ ਨੋ ਐਕਸੈਸ ਫੰਡਿੰਗ ਯੂ ਨੋ। ਐਂਡ ਇਹਦੇ ਵਿੱਚ ਫੋਰਗਿਵਨੈਸ ਦੀ ਜਿਹੜੀ ਗੱਲ ਹੈ ਨਾ, ਬੜੀ ਅੱਛੀ ਗੱਲ ਹੈ ਕਿ ਤੁਸੀਂ ਜਦੋਂ ਯੂ ਕੈਨ ਸ਼ੋਅ ਕਿ ਤੁਸੀਂ ਜਿਹੜੇ ਲੋਨ ਦੇ ਪੈਸੇ ਮਿਲੇ ਸੀਗੇ ਤਾਂ ਤੁਸੀਂ ਉਹਦੇ 'ਚ ਜਿਹੜਾ ਖਰਚਾ 60% ਫੋਰ ਪੇਰੋਲ, ਬਾਕੀ 40% ਫੋਰ ਵਰਕਿੰਗ ਕੈਪੀਟਲ, ਅਤੇ ਉਹ ਜਿਹੜਾ ਤੁਸੀਂ ਦਿਖਾ ਦੋਗੇ ਕਿ ਅਸੀਂ ਇੱਦਾਂ ਦਾ ਖਰਚੇ ਕੀਤੇ ਹੈ ਅਸੀਂ ਡਾਕੂਮੈਂਟ, ਅਤੇ ਇਹਦੇ ਇਹ ਨਾ ਫੋਰਗਿਵ ਹੋ ਜਾਏਗੀ ਲੋਨ। ਸੋ ਦਿਸ ਇਜ਼ ਅ ਰੀਅਲੀ ਗੁੱਡ ਬੈਨੀਫਿਟ ਫੋਰ ਬਿਜ਼ਨਸਿਸ, ਉਹਨਾਂ ਦੇ ਟਰਮਸ ਵੀ ਬੜੇ ਅੱਛੇ ਹੈ, 1% ਤੁਹਾਡਾ ਰੇਟ ਹੈ ਐਂਡ adjustments variya accommodations thank you so please jidaniya ale application fine
ਟਰਾਈ ਕਰ ਲਓ ਜੀ ਜੀ ਤੇ ਜੋਤੀ ਜੀ ਇੱਥੇ ਮੈਂ ਜ਼ਰੂਰ ਇਹ ਵੀ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਅਗਰ ਕਿਸੇ ਨੂੰ ਇਸ ਚੀਜ਼ ਦੇ ਵਿੱਚ ਅਸਿਸਟੈਂਸ ਦੀ ਲੋੜ ਹੈ ਖਾਸ ਕਰਕੇ PPP ਜਿਹਦੇ ਲਈ ਤੁਹਾਨੂੰ ਕਿਸੇ ਵੀ ਬੈਂਕਰ ਜਾਂ ਲੈਂਡਰ ਦੇ ਨਾਲ ਜੁੜ ਕੇ ਐਪਲੀਕੇਸ਼ਨ ਪਾਉਣੀ ਪੈਂਦੀ ਹੈ ਉਸ ਬੈਂਕ ਜਾਂ ਲੈਂਡਰ ਦੇ ਥਰੂ ਹੀ ਤੁਹਾਨੂੰ ਫੰਡਸ ਮਿਲਦੇ ਹੈ ਉਸ ਚੀਜ਼ ਲਈ ਦਰਸ਼ਕ ਤੁਹਾਨੂੰ ਫੋਨ ਕਰ ਸਕਦੇ ਨਾਨਕੀ ਕੈਪੀਟਲ ਦਾ ਇਸਤੇਮਾਲ ਕਰ ਸਕਦੇ ਇਸ ਚੀਜ਼ ਵਿੱਚ ਗਾਈਡੈਂਸ ਜਾਂ ਅਸਿਸਟੈਂਸ ਲੈਣ ਲਈ ਹਾਂਜੀ ਡੈਫੀਨੇਟਲੀ ਤੁਸੀਂ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ PPP ਲੋਨ ਦੀ ਐਪਲੀਕੇਸ਼ਨ ਵਿੱਚ ਜਾਂ ਕੋਈ ਇੱਦਾਂ ਜੀ ਕਿਸੇ ਦੀ ਪੈਂਡਿੰਗ ਚੱਲ ਰਹੀ ਹੈ ਜਾਂ ਕੋਈ ਇੱਦਾਂ ਜੀ ਕੋਈ ਸਿਚੁਏਸ਼ਨ ਹੈ ਤੁਸੀਂ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਗਾਈਡ ਕਰ ਲਾਂਗੇ ਕਿ ਐਪਲੀਕੇਸ਼ਨ ਕਿੱਥੇ ਸਬਮਿਸ਼ਨ ਮੋਸਟ ਲਾਈਕਲੀਹੁਡ ਆਫ ਗੈਟਿੰਗ ਸਕਸੈਸਫੁਲ ਐਪਲੀਕੇਸ਼ਨ ਅੱਜ ਕੱਲ੍ਹ ਆਨਲਾਈਨ ਬੈਂਕਸ ਨੇ ਕਾਫੀ ਆਪਣੀ ਸਟੈਟਸਿਸ ਪੈਂਡਿੰਗ ਐਪਲੀਕੇਸ਼ਨਸ ਬੰਦ ਕੀਤੀਆਂ ਬਟ online applications aa sakdi hai ki aap to see online so there's a few vendors ya fintech companies can they no no haanji online hai ki jo financial technology de vich hun thoda transition kar rahe hai ji ji haanji so ode vich ki hai ga ki sometimes jo tusi even if you're applying online sometimes koi en number hoye ya social security number hoye ya corporation hoye ya sole proprietor hoye ode vich kadi vi choti ji galti hai sometimes of course ho sakdi hai haan ji and sometimes computer the application easily reject ho jandi hai kyunki there's like a process going on so it's an easy process but je koi kisi nu help chahiye to sanu please of course te toda company da main contact screen te bhi likhya hoya main zarur viewers nu urge karangi agar tonu PPP application file karan layi assistance di load hai tode business nu is financial assistance da zarur fayda uthana chahida hai a loan government vallon tusi lae ke agar sahi tarike nal istemal karde ho tonu a pura amount ya good portion of the amount maaf bhi ho sakda hai ਲੇਕਿਨ ਅਫਕੋਰਸ ਉਹਦੇ ਕੁਛ ਰੂਲਸ ਐਂਡ ਗਾਈਡਲਾਈਨਸ ਹਨ ਜੋਤੀ ਜੀ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਲਈ ਬ੍ਰੇਕਡਾਊਨ ਲੈ ਕੇ ਆਏ ਹੋ ਕੁਛ ਸਟੇਟ ਆਫਰਡ ਪ੍ਰੋਗਰਾਮਸ ਦਾ ਜੋ ਰੀਸੈਂਟਲੀ ਅਨਾਊਂਸ ਹੋਏ ਹਨ ਬਟ ਉਸ ਤੋਂ ਪਹਿਲੇ ਮੈਂ ਚਾਹਾਂਗੀ ਕਿ ਮੈਂ ਇੱਕ ਬਹੁਤ ਹੀ ਇੰਪੋਰਟੈਂਟ ਡਿਫਰੈਂਸ ਦੱਸਣਾ ਚਾਹੁੰਦੀ ਹਾਂ ਵਿਊਅਰਸ ਨੂੰ ਕਿ ਕੀ ਲੋਨ ਵਰਸਿਸ ਗ੍ਰਾਂਟ ਕੀ ਫਰਕ ਹੁੰਦਾ ਬਟ ਇੱਥੇ ਸਾਨੂੰ ਇੱਕ ਬ੍ਰੇਕ ਲਈ ਰੁਕਣਾ ਪੈ ਰਿਹਾ ਤੁਸੀਂ ਜੁੜੇ ਰਹੋ ਇਸ ਤਰ੍ਹਾਂ ਸਾਡੇ ਨਾਲ ਅਤੇ ਮੈਂ ਵਿਊਅਰਸ ਨੂੰ ਵੀ ਦੱਸਣਾ ਚਾਹੁੰਦੀ ਹਾਂ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਤੁਹਾਡੇ ਕੋਈ ਵੀ ਬਿਜ਼ਨਸ ਰਿਲੇਟਡ ਜਾਂ ਫਾਈਨੈਂਸ਼ੀਅਲ ਟੌਪਿਕਸ ਨੂੰ ਲੈ ਕੇ ਸਵਾਲ ਹਨ ਤੁਸੀਂ ਜ਼ਰੂਰ ਸਾਨੂੰ ਲਾਈਵ ਕਾਲ ਇਨ ਕਰਕੇ ਆਪਣੇ ਸਵਾਲ ਰੱਖ ਸਕਦੇ ਹੋ ਜੋਤੀ ਜੀ ਵੀ ਸਾਡੇ ਨਾਲ ਜੁੜੇ ਹਨ ਅਤੇ ਕੋਸ਼ਿਸ਼ ਹੋਏਗੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਆਪਾਂ ਦੇਵਾਂਗੇ ਬਟ ਇੱਥੇ ਰੁਕਦੇ ਹਾਂ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਵੈਲਥ ਵਾਈਜ਼ ਜਿਹਦੇ ਵਿੱਚ ਜੁੜ ਕੇ ਤੁਸੀਂ ਵੀ ਸ਼ਾਇਦ ਆਪਣੀ ਵੈਲਥ ਨੂੰ ਲੈ ਕੇ ਥੋੜ੍ਹਾ ਜਿਹਾ ਵਾਈਜ਼ ਹੋ ਸਕੋ ਸਾਡੇ ਨਾਲ ਗੱਲ ਕਰਕੇ ਤੁਸੀਂ ਸਵਾਲ ਰੱਖ ਸਕਦੇ ਹੋ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਅਤੇ ਸਾਡੇ ਗੈਸਟ ਅੱਜ ਸਾਨੂੰ ਜੁਆਇਨ ਕਰੇ ਜੋਤੀ ਸਿੰਘ ਪ੍ਰੈਜ਼ੀਡੈਂਟ ਆਫ ਨਾਨਕੀ ਕੈਪੀਟਲ ਜੋਤੀ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ ਅੱਜ ਤੁਸੀਂ ਬਹੁਤ ਜ਼ਿਆਦਾ ਸਾਡੇ ਨਾਲ ਜੁੜ ਕੇ ਵਧੀਆ ਇਨਫੋਰਮੇਸ਼ਨ ਸ਼ੇਅਰ ਕਰਨ ਆਏ ਹੋ ਬਟ ਜੋਤੀ ਜੀ ਕੁਝ ਕਾਲਰਸ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਅਤੇ ਸੁਣਨ ਦੇ ਉਹਨਾਂ ਦੇ ਸਵਾਲ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਤਿਆਰ ਹੋ ਚੁੱਕਿਆ ਪਹਿਲਾਂ ਉਹਦੀ ਗ੍ਰੈਂਡ ਓਪਨਿੰਗ ਸਾਡੀ ਮਾਰਚ ਦੀ ਸੀਗੀ ਇਸ ਆਹ ਪ੍ਰੋਬਲਮ ਕਰਕੇ ਕਰੋਨਾ ਕਰਕੇ ਉਹ ਸਾਨੂੰ ਜਿਹੜੇ ਫਾਈਨਲ ਜਿਹੜੇ ਪਰਮਿਟ ਨਹੀਂ ਮਿਲੇ ਲੇਕਿਨ ਹੁਣ ਨੈਕਸਟ ਮੰਥ ਅਸੀਂ ਪਰਮਿਟ ਸਾਨੂੰ ਮਿਲ ਜਾਏਗਾ ਖੋਲਣਾ ਚਾਹੁੰਦੇ ਹਾਂ ਤੇ ਇਹਦੇ ਵਿੱਚ ਕੋਈ ਨਵੇਂ ਰੈਸਟੋਰੈਂਟ ਲਈ ਕੋਈ ਗਵਰਨਮੈਂਟ ਦੀ ਕੋਈ ਇੱਦਾਂ ਦੀ ਹੈ ਜਿਹੜੀ ਕਿ ਅਸੀਂ ਕੋਈ ਹੈਲਪ ਲੈ ਸਕੀਏ ਜਾਂ ਇੱਦਾਂ ਦਾ ਕੋਈ ਰੂਲ ਹੈਗਾ ਜੀ ਨਵੇਂ ਬਿਜ਼ਨਸ ਲਈ ਜੀ ਤੁਸੀਂ ਕਿਸ ਸਟੇਟ ਵਿੱਚ ਲੋਕੇਟਿਡ ਹੋ ਸਰ ਜੋਤੀ ਜੀ ਤੁਹਾਡੇ ਕੋਲ ਕੋਈ ਸਵਾਲ ਕਾਲਰ ਲਈ ਇਸ ਚੀਜ਼ ਦੇ ਜਵਾਬ ਦੇਣ ਤੋਂ ਪਹਿਲੇ ਐਕਚੁਅਲੀ ਵਾਸ਼ਿੰਗਟਨ ਵਿੱਚ ਮੈਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਹੈ ਜੇ ਗ੍ਰੈਂਟ ਜਾਂ ਲੋਨ ਸਪੈਸ਼ਲ ਨਿਊ ਬਿਜ਼ਨਸ ਲਈ ਅਲੋਟਮੈਂਟ ਹੈਗੀ ਹੈ ਉਹਦੇ ਵਿੱਚ ਥੋੜ੍ਹਾ ਜਾਣਕਾਰੀ ਜੀ ਜੀ ਸਰ ਤੁਹਾਨੂੰ ਨਾ ਟੀਵੀ ਤੇ ਸੁਣੂਗੀ ਥੋੜ੍ਹੀ ਜਿਹੀ ਡਿਲੇ ਤੁਹਾਡੀ ਟੀਵੀ ਤੇ ਆਊਗੀ ਹਾਂਜੀ ਤੇ ਤੁਸੀਂ ਹਾਂਜੀ ਟੀਵੀ ਸਲੋ ਕੀਤਾ ਸੀਗਾ ਹਾਂਜੀ ਹਾਂਜੀ ਤੁਸੀਂ ਮੈਂ ਤੁਹਾਨੂੰ ਡਿਸਕਨੈਕਟ ਕਰ ਰਹੀ ਹਾਂ ਤੁਹਾਡਾ ਮੈਂ ਨੰਬਰ ਲੈ ਕੇ ਨੋਟ ਕਰ ਲਿਆ ਤੇ ਹੋਰ ਸਵਾਲ ਮੈਂ ਡਾਇਰੈਕਟਲੀ ਵੀ ਤੁਹਾਨੂੰ ਕੰਟੈਕਟ ਕਰ ਲਾਂਗੀ ਪਰ ਤੁਸੀਂ ਹੁਣ ਆਪਣੇ ਟੀਵੀ ਤੇ ਸੁਣ ਸਕਦੇ ਹੋ ਦੱਸੋ ਜੋਤੀ ਜੀ ਹਾਂਜੀ ਸੋ ਇਹਦੇ ਵਿੱਚ ਹੈਗਾ ਕਿ ਦੇਰ ਵਰ ਸਮ ਓਪਰਚੁਨਿਟੀ ਕੋਈ ਸਟੇਟਸ ਨੇ ਸਪੈਸ਼ਲ ਏਡ ਰੱਖੀ ਸੀ ਹਰ ਸਟੇਟ ਨੇ ਆਪਣੇ ਸਮਾਲ ਬਿਜ਼ਨਸ ਜਾਂ ਇਟਸ ਕਾਲਡ ਇਕਨੋਮਿਕ ਡਿਜ਼ਾਸਟਰ ਰਿਲੀਫ
ਨਿਊਯਾਰਕ ਨਿਊ ਜਰਸੀ ਕੈਲੀਫੋਰਨੀਆ ਇਹ ਤਿੰਨ ਸਟੇਟਾਂ ਦਾ ਮੈਨੂੰ ਥੋੜ੍ਹਾ ਜਿਹਾ ਜਾਣਕਾਰੀ ਹੈਗੀ ਹੈ ਬਟ ਵਾਸ਼ਿੰਗਟਨ ਸਟੇਟ ਵਿੱਚ ਵੀ ਗਵਰਨਮੈਂਟ ਨੇ ਕੋਈ ਨਾ ਕੋਈ ਅਲੋਟਮੈਂਟ ਰੱਖੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਐਸ ਬੀ ਏ ਲੋਨ ਜਾਂ ਫੈਡਰਲ ਲੋਨ ਤੋਂ ਕੁਛ ਮਿਲਿਆ ਨਹੀਂ ਉਹਨਾਂ ਕੋਲ ਸਟੇਟ ਤੋਂ ਮਿਲ ਸਕਦਾ ਹੈਗਾ ਸਮ ਗ੍ਰਾਂਟ ਔਰ ਸਮਾਲ ਬਿਜ਼ਨਸ ਲੋਨ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸਾਰਿਆਂ ਨੂੰ ਕੁਆਲੀਫਿਕੇਸ਼ਨ ਨਹੀਂ ਹੋਈ ਸੋ ਮੈਂ ਰਿਕੁਐਸਟ ਕਰਾਂਗੀ ਕਿ ਵੀਰ ਜੀ ਨੂੰ ਕਿ ਜ਼ਰੂਰ ਟਰਾਈ ਕਰੋ ਦੇਰ ਮਾਈਟ ਬੀ ਸਮ ਓਪਰਚੁਨਿਟੀ ਦੇਰ ਕਿ ਜਿਹੜਾ ਕੋਈ ਲੋਨ ਜਾਂ ਗ੍ਰਾਂਟ ਸਪੈਸੀਫਿਕਲੀ ਸਮਾਲ ਬਿਜ਼ਨਸ ਨਿਊ ਬਿਜ਼ਨਸ ਸਟਾਰਟਅਪ ਜਿਨ੍ਹਾਂ ਨੂੰ ਫੈਡਰਲ ਫੰਡਿੰਗ ਵਿੱਚ ਨਹੀਂ ਮਿਲ ਸਕਦਾ ਉਹਨਾਂ ਲਈ ਜੋਤੀ ਜੀ ਇਸ ਤੋਂ ਪਹਿਲੇ ਕਿ ਆਪਣੀ ਜੋ ਪਲਾਨ ਡਿਸਕਸ਼ਨ ਸੀਗੀ ਕਿ ਗ੍ਰਾਂਟ ਔਰ ਲੋਨ ਵਿੱਚ ਕੀ ਫਰਕ ਹੁੰਦਾ ਹੈ ਮੈਨੂੰ ਯਾਦ ਹੈ ਕਿ ਇਨੀਸ਼ਲੀ ਜਦੋਂ ਆਪਾਂ ਗੱਲ ਕਰ ਰਹੇ ਸੀ ਕੁਛ ਇਹੋ ਜਿਹੇ ਵੀ ਪ੍ਰੋਵਿਜ਼ਨਸ ਸੀਗੇ ਆ ਇਨ ਲੋਨਸ ਜਾਂ ਗ੍ਰਾਂਟਸ ਵਿੱਚ ਤੁਸੀਂ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਮੇਰੇ ਤੋਂ ਕਿ ਅਗਰ ਤੁਸੀਂ ਨਵਾਂ ਬਿਜ਼ਨਸ ਖੋਲ੍ਹਣ ਜਾ ਰਹੇ ਸੀ ਅਤੇ ਉਹਦੇ ਬਿਜ਼ਨਸ ਖੋਲ੍ਹਣ ਦੇ ਵਿੱਚ ਡਿਲੇ ਹੋਈ ਕੋਵਿਡ ਨੂੰ ਲੈ ਕੇ ਜਿਸ ਤਰ੍ਹਾਂ ਕਾਲਰ ਨੇ ਕਿਹਾ ਕਿ ਉਹਨਾਂ ਨੂੰ ਉਹ ਪਰਮਿਟਸ ਨਹੀਂ ਮਿਲੇ ਸੀ ਕਿ ਉਹਨਾਂ ਮਾਰਚ ਵਿੱਚ ਖੋਲ੍ਹਣਾ ਸੀ ਹੁਣ ਉਹਨਾਂ ਨੂੰ ਉਹ ਪਰਮਿਟਸ ਮਿਲ ਗਿਆ ਅਤੇ ਮਾਰਚ ਤੋਂ ਹੁਣ ਲੈ ਕੇ ਜੂਨ ਤੱਕ ਜਾਂ ਅਗਲੇ ਮਹੀਨੇ ਉਹ ਕਹਿ ਰਹੇ ਜੁਲਾਈ ਤੱਕ ਜੋ ਉਹ 4 ਮਹੀਨੇ ਹੈ ਅਗਰ ਇਹ ਕਾਲਰ ਸਾਨੂੰ ਕਹਿੰਦੇ ਹੈ ਕਿ ਸਾਡੇ ਕੋਲ ਜਾਂ ਆਪਣੀ ਸਟੇਟ ਜਾਂ ਆਪਣੇ ਬੈਂਕਰਸ ਕੋਲ ਜਾ ਕੇ ਕਹਿੰਦੇ ਕਿ ਸਾਡੇ ਕੋਲ ਇਹ ਪ੍ਰੋਜੈਕਟਿਡ ਬਿਜ਼ਨਸ ਇਹ ਪ੍ਰੋਜੈਕਟਿਡ ਰੈਵਨਿਊ ਬਣਨਾ ਸੀਗਾ ਇਨ ਮਹੀਨਿਆਂ 'ਚ ਐਂਡ ਇਹ ਸਾਡਾ ਲੋਸ ਹੋਇਆ ਹੈ ਬਿਕੋਜ਼ ਸਾਨੂੰ ਪਰਮਿਟਸ ਨਹੀਂ ਮਿਲੇ ਕੋਵਿਡ ਨੂੰ ਲੈ ਕੇ ਅਤੇ ਉਹਦੇ ਨਾਲ ਉਸ ਇਨਫੋਰਮੇਸ਼ਨ ਦੇ ਨਾਲ ਇਹਨਾਂ ਨੂੰ ਕੀ ਫਾਈਨੈਂਸ਼ੀਅਲ ਅਸਿਸਟੈਂਸ ਮਿਲ ਸਕਦੀ ਹੈ Actually, this is a really good question, Ashwita. There were a few cases jada gallery opening honi chahiye si, but it didn't open. So, mainu lag raha hai ki shayad, you know, jinhone phone kiya veer ji ne, shayad they might qualify under an exception. But ode vich thoda ja dekhna paina because business was established, but the opening wasn't there. Sometimes it's the day of the incorporation of the business. Let's say business, Northern South Rani business hai, but navi location kholi si ki. So, you know, Virji might qualify for the SBA funding. Ji, main caller nu kahangi ki directly, haan ji, tuhaade naal zaroor sampark karan. Te hor callers bhi jud chuke. Sat Sri Akaal, tusi on air ho. Hello. ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਮੈਂ ਸ਼ਿੰਕਰ ਜੀ ਤੋਂ ਕੁਐਸਚਨ ਪੁੱਛਣਾ ਸੀ ਰਿਗਾਰਡਿੰਗ ਪੀਪੀ ਲੋਨ ਦੇ ਬਾਰੇ ਵਿੱਚ ਹਾਂਜੀ ਹਾਂਜੀ ਤੁਸੀਂ ਔਨ ਏਅਰ ਹੋ ਮੈਂ ਆਸ਼ਮਿਤਾ ਬੋਲ ਰਹੀ ਹਾਂ ਦੱਸੋ ਹਾਂਜੀ ਹਾਂਜੀ ਮੈਂ ਇਹ ਪੁੱਛਣਾ ਚਾਹ ਰਿਹਾ ਸੀ ਕਿ ਭਾਈ ਜਿਹੜੇ ਪੀਪੀ ਲੋਨ ਦੇ ਅੰਦਰ ਜਿਹੜਾ ਦਿੱਤੇ ਲੋਨ ਸੈਂਕਸ਼ਨ ਕੀਤਾ ਗਿਆ ਹੈ ਇਹ ਕਿਸ ਪੀਰੀਅਡ ਲਈ ਮਤਲਬ ਦਿੱਤਾ ਗਿਆ ਕਿ ਇਹ ਜਿਸ ਹੁਣ ਮਾਰਚ ਵਿੱਚ ਲੋਕਡਾਊਨ ਹੋਇਆ ਸੀ ਇੱਥੇ ਦਾ ਸਟੇ ਐਟ ਹੋਮ ਆਰਡਰ ਇਸ਼ੂ ਕੀਤਾ ਸੀ ਇਹਦੀ ਵਿੱਚ ਉਹਦੇ ਬਾਅਦ ਲੋਕ 2 ਮਹੀਨੇ ਤੱਕ ਗਏ ਨੀ ਆਫਿਸ ਨੀ ਗਏ ਤੇ ਇਹ ਜਿਹੜੀ ਅਗਲੇ ਪੀਪੀ ਲੋਨ ਹੈ ਜਿਹੜਾ ਇਹ ਉਸ ਪੀਰੀਅਡ ਲਈ ਦਿੱਤਾ ਗਿਆ ਹੈ ਜਾਂ ਅਗਲੇ ਪੀਰੀਅਡ ਲਈ ਦਿੱਤਾ ਗਿਆ ਵੈਰੀ ਗੁੱਡ ਕੁਐਸਚਨ ਥੈਂਕ ਯੂ ਸਰ ਫਾਰ ਕਾਲਿੰਗ ਤੁਹਾਡਾ ਸਵਾਲ ਤੁਸੀਂ ਟੀਵੀ ਤੇ ਸੁਣ ਸਕਦੇ ਹੋ ਜੋਤੀ ਜੀ ਇਜ਼ ਦੇਰ ਏ ਟਾਈਮ ਪੀਰੀਅਡ ਕਿ ਇਹ ਲੋਨ ਤੁਹਾਨੂੰ ਕਿਸ ਪੀਰੀਅਡ ਲਈ ਇਸਤੇਮਾਲ ਕਰਨਾ ਪੈਣਾ ਜਿਸ ਤਰ੍ਹਾਂ ਕਾਲਰ ਨੇ ਕਿਹਾ ਕਿ ਅਗਰ ਉਹਨਾਂ ਦਾ ਬਿਜ਼ਨਸ ਮਾਰਚ ਤੋਂ ਹੁਣੇ ਤੱਕ ਜਾਂ 2 ਮਹੀਨੇ ਸ਼ਟਡਾਊਨ ਸੀਗਾ ਅਤੇ ਉਹਨਾਂ ਨੂੰ ਲੈਟਸ ਏ ਲੋਨ ਮਿਲਦਾ ਹੈ ਉਹ ਲੋਨ ਦਾ ਅਮਾਊਂਟ ਉਹ ਪਿੱਛੇ ਜਾ ਕੇ ਉਹਨ ਕਲੋਜ਼ਡ ਵਾਲੇ 2 ਮਹੀਨਿਆਂ ਦੇ ਖਰਚਿਆਂ 'ਤੇ ਯੂਜ਼ ਕਰਨਾ ਹੈ ਜਾਂ ਅੱਗੇ ਆਉਣ ਵਾਲੇ ਜੋ ਵੀ ਇਹਨਾਂ ਦੇ ਐਕਸਪੈਂਸਿਸ ਪੇਰੋਲ ਐਟਸੈਟਰਾ ਹੋਣਗੇ ਉਹਨਾਂ ਦੇ ਇਹ ਅਪਲਾਈ ਹੁੰਦਾ ਹੈ Hanji, so first is like jadon unhon nu funds mile so from the date of the funds being put into the bank account jadon funds transfer hoye us date to shuru hunda hai Achha so ji. then SBI ne ode vich kafi thodi ji guidelines vi adjust kar li hai kiya so from that point you go forward apna 6 mahine right 6 Achha months Achha and you can use your utano 6 mahine pehla tonu sare paise tonu 2 mahinyan vich use karne sige hun unhon ne kehta jadon tonu fund mile ਉਸ ਟਾਈਮ ਤੋਂ ਲੈ ਕੇ ਅੱਗੇ 6 ਮਹੀਨੇ ਤੱਕ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਗੋਇੰਗ ਬੈਕ ਯੂ ਕੈਨ ਯੂ ਕੈਨ ਨਾਟ ਦੇਰ ਇਜ਼ ਅ ਵਨ ਥਿੰਗ ਜਿਹੜਾ ਤੁਹਾਡਾ ਪੇਰੋਲ ਹੈਗਾ ਨਾ ਯੂ ਕੈਨ ਨਾਟ ਗੋ ਬੈਕ ਦੇਰ ਇਜ਼ ਸਮ ਕਾਈਂਡ ਆਫ ਅ ਰੂਲ ਹੈਗਾ ਜਿਹੜਾ ਮੈਂ ਰਾਈਟ ਨਾਓ ਮੈਨੂੰ ਧਿਆਨ ਨਹੀਂ ਆ ਰਿਹਾ ਬਟ ਉਹਦੇ ਵਿੱਚ ਐਕਸੈਪਸ਼ਨ ਜੀ ਹੈਗੀ ਹੈ ਬਟ ਬੈਸਟ ਥਿੰਗ ਇਜ਼ ਕਿ ਇੱਕ ਵਾਰ ਜਦੋਂ ਤੁਸੀਂ ਇਹ ਯੂਜ਼ ਕਰੋਗੇ ਐਂਡ ਸਪੈਸ਼ਲੀ ਫੋਰ ਪੇਰੋਲ ਕਿ ਤੁਸੀਂ ਕਿਸੇ ਨਾਲ ਆਪਣਾ ਜਿਹੜਾ ਬੈਂਕ ਹੈ ਔਰ ਯੋਰ ਅਕਾਊਂਟੈਂਟ ਉਹਨਾਂ ਨੂੰ ਤੁਸੀਂ ਸਲਾਹ ਕਰਕੇ ਮੇਕ ਸ਼ੋਰ ਕਿ ਤੁਸੀਂ ਜਦੋਂ ਤੁਸੀਂ ਸਟਾਰਟ ਯੂਰ ਪੇਰੋਲ ਫਰੋਮ ਦ ਡੇਟ
and then go forward 6 months जी so that वो सारे सारे पूरे you can show कि मैं सारे जरा loan हैगा जी from this date I used it for payroll जी and it, definitely check करके जी जी I think जो सब तो important तुसी चीज इत्थे कही है कि तुसी या banker या accountant या जिस तरह तुहाडी firm Nanki Capital है कि तुसी as a middleman businesses नू in institutions दे नाल connect करा के guide कर दे हो कि किसी expert दे नाल जुड़ के इस चीज़ का इस्तेमाल करन बिकॉज जो ये पी 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 लोन हैगा ये फॉरगिवेबल भी है अगर तुसी इन्हू सही तरीके नाल यूज़ कर दे हो एंड हुन लाइक लिटरली डे बाय डे नवी गाइडलाइंस इहदे लई रिलीज़ हो रही हैं जिस तरह तुसी सानू चार्ट दिखा रहे सी हुन इन्होंने काफ़ी सारी गाइडलाइनस पी 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 नू लैके चेंज कीतियाँ लोगों की हैल्प लई उन्हां दी सहूलत लई चेंज कीतियाँ बट इस चीज़ की अप टू डेट जानकारी एंड किस तरह तुहाडे बिजनेस ते लागू हुंदा राइट बिकॉज हर एक का बिजनेस वक्रा वक्रा हुंदा है तुसी एक किसी नाल बह के उन्होंने अपनी यूनीक सिचुएशन दस सकते हो तुहाडे किस तरह के इंपलॉयज़ है डबल्यू टू है 1099 है फुल टाइम पार्ट टाइम वो सारी चीज़ा फैक्टर इन होंदियाँ कि किस तरह तुसी इस लोन नू सब तो बेस्ट तरीके नाल इस्तेमाल कर सकते हो ज्योति जी कमिंग बैक टू आर जो ओरिजिनल साडा टॉपिक सीगा मैं जरूर चाहवांगी तुसी हुण सानू दसो कि एक ग्रांट दे विच ते एक ट्रेडिशनल लोन दे विच फर्क की हुंदा है So, दोनों लोन एंड ग्रांट वास्ते दोनों गाइडलाइंस एंड अंडरराइटिंग गाइडलाइंस यू हैव टू क्वालिफाई उन्होंने दोनों क्वालिफिकेशन करनी पैनी है ग्रांट होए ग्रांट हैज अ स्पेसिफिक गाइडलाइंस ते लोन होए दोनों वो क्वालिफिकेशंस मीट करनी पैनी है ग्रांट का हैगा कि जो तुम क्वालिफिकेशंस मीट कर दे फिर तुम वो ग्रांट नू अगे सबमिशन देंदे हो जिहड़े अंडररइटर कहते हैं या ऑफिसर कहते हैं ਉਹ ਫਿਰ ਦੇਖਦੇ ਹੈਗੇ ਤਾਂ ਤੁਸੀਂ ਇਹ ਕੁਆਲੀਫਿਕੇਸ਼ਨ ਤੋਂ ਬਾਅਦ ਤੁਸੀਂ ਕੁਆਲੀਫਾਈ ਕਰਦੇ ਹੋ ਦੈਨ ਡਿਸੀਜਨ ਬਣਦਾ ਕਿ ਇਫ ਯੂ ਗੈਟ ਦ ਗ੍ਰਾਂਟ ਐਂਡ ਗ੍ਰਾਂਟ ਇਸ ਗ੍ਰਾਂਟ ਦਾ ਮਤਲਬ ਹੈਗਾ ਕਿ ਵੀ ਆਰ ਗ੍ਰਾਂਟਿੰਗ ਯੂ ਦ ਫੰਡ ਵਿਦ ਨੋ ਕੰਡੀਸ਼ਨਸ ਕਿ ਤੁਹਾਨੂੰ ਇਹ ਫੰਡਿੰਗ is giving to you for no attachment no condition no like वापसी ले तनु वापस ने पैसा मोड़ना नहीं पैना बट उस पैसे नु लेन ले तनु बहुत स्पेसिफिक क्राइटेरिया नु पहले जिदा कहंदे क्वालीफाई करना पैंदा तद ही तनु वो ग्रांट मिलदी है राइट आई थिंक दैट्स द जिदा कहंदे ना द सिंपल एक्सप्लेनेशन ऑफ कोर्स ए चीज हम बहुत ही यू नो गहराई नाल समझन वाली हैगियां या तुसी एक्सपर्ट नु यूज कर सकदे हो इत्थे आपां एक होर छोटी जी ब्रेक ले रखदे हां ज्योति जी जुड़े रहो ते कॉलर्स तुसी भी जुड़े रहो तुहाडी कॉल जरूर चुकांगे इस ब्रेक तो उस पार ब्रेक तो बाद एक बार फिर हाजिर हुए हैं तुहाडे नाल लैके शो वेल्थ वाइज ते साडे गेस्ट भी साडे नाल जुड़े हुए हैं ज्योति सिंह फ्रॉम नानकी कैपिटल ज्योति जी तुहाडा प्रोग्राम दे विच स्वागत ज्योति जी वंस अगैन साडा टॉपिक आप जरूर डिस्कस करांगे बट कॉलर्स तुहाडे नाल गल करना चाहते हैं सत श्री अकाल तुसी ऑन एयर हो किस तरह लागू होंदी है तुहाडा स्पेसिफिक क्वेश्चन की सीगा तुहाडी सिचुएशन विच ਮੇਰੀ ਸਿਚੁਏਸ਼ਨ ਜੇ ਹੈ ਕਿ ਭਈ ਅਸੀਂ 2 ਮਹੀਨੇ ਗਏ ਨਹੀਂ ਉੱਥੇ ਆਫਿਸ ਆਫਿਸ ਹਾਂਜੀ ਤੇ ਜਿਹੜਾ ਪੀਪੀ ਲੋਨ ਕੰਪਨੀ ਨੂੰ ਮਿਲਿਆ ਉਹ ਕੰਪਨੀ ਵਾਲੇ ਕਹਿੰਦੇ ਨੇ ਕਿ ਜਿਹੜਾ 2 ਜਿਹੜਾ ਲੋਨ ਮਿਲਿਆ ਉਹ ਅਗਲੇ ਪੀਰੀਅਡ ਲਈ ਹੈ ਨਾ ਕਿ ਪਿਛਲੇ ਪੀਰੀਅਡ ਲਈ ਹੈ ਓਕੇ ਸੋ ਕੰਪਨੀ ਤੁਹਾਨੂੰ ਕਹਿ ਰਹੀ ਹੈ ਕਿ ਪਿਛਲੇ 2 ਮਹੀਨਿਆਂ ਵਿੱਚ ਜਿਹਦੇ ਵਿੱਚ ਤੁਸੀਂ ਆਫਿਸ ਨਹੀਂ ਗਏ ਉਹ ਤੁਹਾਨੂੰ ਪੇ ਨਹੀਂ ਕਰਨਗੇ ਉਸ ਚੀਜ਼ ਲਈ ਕਿ ਜੋ ਉਹਨਾਂ ਨੂੰ ਪੀਪੀਪੀ ਮਿਲਿਆ ਉਹ ਅਗਲੇ ਆਉਣ ਵਾਲੇ ਪੀਰੀਅਡ ਲਈ ਲਾਗੂ ਹੋਏਗਾ ਥੈਂਕ ਯੂ ਰਜਿੰਦਰ ਜੀ ਤੁਹਾਡੀ ਕਾਲ ਲਈ ਤੁਸੀਂ ਟੀਵੀ ਤੇ ਸੁਣ ਸਕਦੇ ਹੋ ਦਾ ਜਵਾਬ ਜੋਤੀ ਜੀ ਇਹ ਕੋਈ ਗਵਰਨਮੈਂਟ ਮਤਲਬ ਗਾਈਡਲਾਈਨ ਰੂਲ ਹੈਗਾ ਇਹ ਕਿਸ ਤਰ੍ਹਾਂ ਇਹ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ ਕਿ ਜੋ ਇੰਪਲੋਈਜ਼ ਆਫਿਸ ਨਹੀਂ ਗਏ ਜੋ ਵੀ ਉਹ ਪੀਰੀਅਡ ਸੀਗਾ ਜਿਸ ਤਰ੍ਹਾਂ ਕਾਲਰ ਨੇ ਹੁਣੇ ਸਾਡੇ ਨਾਲ ਸ਼ੇਅਰ ਕੀਤਾ ਹੈ ਕਿ ਕੰਪਨੀਜ਼ ਨੂੰ ਓਬਲੀਗੇਸ਼ਨ ਨਹੀਂ ਹੈਗੀ ਆਪਣੇ ਇੰਪਲੋਈਜ਼ ਨੂੰ ਉਸ ਗੈਪ ਪੀਰੀਅਡ ਤੁਸੀਂ ਕਹਿ ਸਕਦੇ ਹੋ ਉਹਦੇ ਉਸ ਅਮਾਊਂਟ ਲਈ ਪੇ ਕਰਨ ਲਈ ਸੋ ਅਸ਼ਵਿਤਾ ਉਹਨਾਂ ਨੇ ਇਸ ਕਰਕੇ ਇਹ ਥੋੜ੍ਹਾ ਜਿਹਾ ਗਾਈਡਲਾਈਨਸ ਰੱਖੀ ਹੈ ਬਿਕਾਜ਼ ਇਫ
employees were on unemployment insurance. So they don't want the government to pay twice. Je do wari government pay karegi, ek unemployment to pay karegi, ek payroll to pay karegi. Government koshish kar rahi hai ki and naturally ki ek payment jaani chahiye ya unemployment ya PPP the payroll. So je do mahine tusi unemployment is good, tusi unemployment leye which is good. Jadon tode employer ne shuru kar dena aega the payroll, then from that day of PPP funds will be released and applied to the payroll. बट ज्योति जी इतने जरूर यह सवाल बनता है कि अगर कॉलर ने फॉर एग्जाम्पल उन्होंने इंपलॉयर ने उन्होंने कहा कि जो साढ़े को पैसे आन गए आप पे कर देंगे बट किसी नू नहीं पता सीगा पैसे तुसी अगे पे करने पिछे ले नहीं पे करने एंड अगर उस इंपलॉई ने अनइंपलॉयमेंट नहीं फाइल की उस मिसिंग पीरियड लिए गैप पीरियड लिए राइट से दो महीने है हूँ वो जाके क्योंकि हूँ उन्होंने पता लग गया कि उन्होंने इंपलॉयर ने उन्होंने उस पिछे हुए वाले पीरियड लिए नहीं पे करना वो जाके अनइंपलॉयमेंट रेट्रोएक्टिवली मतलब उन दो महीने जो लंघ गए हैं उन्होंने अनइंपलॉयमेंट हूने फाइल कर सकते हैं बिकॉज वंस अगेन एट द एंड ऑफ द डे जिन्हों के खर्चे सिर पर चढ़े हुए हैं वो डिसअपीयर तो नहीं होने भावें उन्होंने इंपलॉई उन्होंने तनख्वाह दे रहा या नहीं अगर दो महीने का उन्होंने रेंट ड्यू है उन्होंने बिजली का बिल ड्यू है तो वह तो सिर पर ड्यू होना ही होना है भावें अपने मॉर्गेज की पेमेंट की एंड विच उन्होंने टैक ऑन कर रहे हो डिफर कर रहे हो या लैंडलॉर्ड के नाल कोई डील निगोशिएट कर रहे हो बट यू स्टिल हैव टू पे राइट सो अगर उन्होंने यू नो भावें इंटेंशनल होए जान बूझ के या गलती नाल इंपलॉय ने यह इंप्रैशन देता कि इस पीरियड लिए तुहानू आपां तनखाह देवांगे हुण वह कह रहे नहीं दे सकते कि वह इंपलॉई जाके पिछे वाले पीरियड लिए अनइंपलॉयमेंट फाइल कर सकता है You know, हर स्टेट की रेगुलेशन एंड लॉज डिफरेंट हैगी सो आई डोंट नो सो इहदे बारे मैं क्योंकि मैनू कोई गलत आई डोंट वांट कि मैं कोई गलत दसां ते कितने किसी नू कोई गलत टेंशन पे सो मैं कहवांगी हर स्टेट के हर रेगुलेशन डिफरेंट है अनएम्प्लॉयमेंट लई बट आई डेफिनेटली थिंक उन्होंने ट्राई करना चाहिए क्योंकि जिहड़ा अनएम्प्लॉयमेंट वॉज पैनडेमिक अनएम्प्लॉयमेंट असिस्टेंट उहदे विच थोड़ी जी सीगी दैट यू कुड डू सम काइंड ऑफ एप्लीकेशन एंड सी इफ द सिचुएशन वॉज बैक Going backwards, हाँ जी मतलब पिछे जाके तुसी उदे विच कुछ उन्होंने चेंजेस कीतियां सी ये तो सानू भी पता है कि जो ये स्पैशल अनएम्प्लॉयमेंट इस पीरियड विच उन्होंने डिजाइन की है ये जो कायदे कानून तुसी कह सकते हो थोड़े रिलैक्स है थोड़े उन्होंने जान बूझ के लोगों की सहूलियत लिए चेंज किए ताकि उन्होंने इस तरह की हैल्प मिल सके सत श्री अकाल तुसी ऑन एयर हो हैलो 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 हाँ जी तुसी ऑन एयर हो सर लाइव हेलो ओके मैनू लगता है कॉलर डिस्ट्रैक्टेड हैं सो ज्योति जी हुण तुसी सानू थोड़ा जिहा दसना चाहते हो कि वख वख कुछ जो मेन स्टेट्स की आप गल करनी है स्टेट वालों कुछ एहो जे नवे ग्रांट ते लोन दे प्रोग्राम्स ऑफर हुए हैं ते लेट्स स्टार्ट विद दैट तुसी कुछ इन्फॉर्मेशन साढ़े लैके आए हो स्टेट स्पेसिफिक जो प्रोग्राम्स इस वेले रिलीज हुए हैं हाँ जी जिदा मैं दसिया सीगा एक ग्रांट हुंदा है एक लोन हुंदी है ग्रांट ते लोन दा दोनों अंडररइटिंग या रिक्वायरमेंट्स टफ हुंदी है इहदा मतलब नहीं है कि वन इज ईजियर देन द अदर बट एक्सेस दोनों यू कैन एक्सेस बोथ ऑफ देम तुसी ग्रांट लई भी अप्लाई कर सकदे हो लोन लई भी अप्लाई कर सकदे हो एंड ग्रांट इज अगेन अनकंडीशनल तुहानू पैसे वापस देने नहीं पैंदे लोन दे अजकल क्योंकि पेंडेमिक करके जिहड़े स्टेट्स ने लोन्स दिते है जिन्हां नू SBA या फेडरल गवर्नमेंट तो PPP या इमरजेंसी डिजास्टर रिलीफ लोन नहीं मिले उन्हां नू स्टेट्स ने एडजस्टमेंट करके उन्हां नू फंडिंग दे रहे हैं फॉर स्पेशली फॉर दोज हू मिस्ड SBA लोन रिलीफ या फेडरल फंडिंग सो उहदे विच हुण थोड़ा जिहा जानकारी देना चाहुंदे आ कि जे असीं न्यूयॉर्क नू देखिए आई थिंक जो असी न्यूयॉर्क में देखिए न्यूयॉर्क ने $100 million अपने स्टेट ले रखे है दिस इज वेरी इंटरेस्टिंग न्यूयॉर्क की जी देखो $100 million उन्होंने कटे है फॉर द स्मॉल बिजनेसेस पर उन्होंने ये भी दिता कि न्यूयॉर्क इतनी बड़ी स्टेट है कि असी कितने कितने वो $100 million परसेंटेज वाइज रखना है न्यूयॉर्क सिटी नु कितना मिलना है बफलो नॉर्थ साउथ ईस्ट फिर उस तो बाद उन्होंने 3 क्राइटेरिया रखे है स्मॉल बिजनेस जिन्हें 20 तो घट बंदे हैं सो 20 employees or less. So 20 employee less is definitely small business बनता है
is not 500 or less, 300 or less. So 20 employees or less. And then it checks ki tonu 3 million to cut revenue hona chahiyega. And also non-profit ho sakde hai, jere 501c e apply kar sakde hai. Ya small landlords, unna vaste bhi ye loan hai ki hai. So ide vich ki hai ga ki 100 million unhone e agge bhi dassya ki 5% non-profit nu jayega, 30% small landlord nu jayega, baki 65% small business layi unhone rakhya ga fund. So ide vich o kafi dhyan de rahe New York government so that people can, and ida fund hai ga New York Forward Loan Fund. ਇਹਦਾ ਨਾਂ ਰੱਖਿਆ ਸੋ ਇਹਦੇ ਵਿੱਚ ਤੁਸੀਂ ਡੈਫੀਨਿਟਲੀ ਜਾਣਕਾਰੀ ਕਰ ਸਕਦੇ ਹੋ ਇਹਦਾ ਜੇ ਤੁਹਾਨੂੰ SBA PPP ਉਹਦੇ 'ਚ ਨਹੀਂ ਐਪਲੀਕੇਸ਼ਨ ਮਿਲੀ ਜਾਂ ਤੁਹਾਨੂੰ ਫੰਡਿੰਗ ਨਹੀਂ ਮਿਲੀ ਨਿਊਯਾਰਕ ਸਟੇਟ ਨੇ ਆਪਣੇ ਵੱਲੋਂ ਇੱਕ ਫੰਡ ਖੋਲ੍ਹਿਆ ਜਿਹਦੇ ਤੁਸੀਂ ਸਮਾਲ ਬਿਜ਼ਨਸ ਲੋਨ ਲੈ ਸਕਦੇ ਹੋ ਅਤੇ ਇਹਦੇ ਵਿੱਚ ਵਰਕਿੰਗ ਕੈਪੀਟਲ ਨੋ ਫੀਸ ਨੋ ਕੋਲੈਟਰਲ ਐਂਡ ਨੋ ਪ੍ਰੀਪੇਮੈਂਟ ਪੈਨਲਟੀ 3% ਰੇਟ ਹੈ for small business and landlords, 2% rate for non-profits. The in which maximum amount is allowed is 100,000 हांजी वंस अगेन मैं चाहवांगी कि तुसी स्क्रीन ते इस लोन बारे जो कॉन्टैक्ट इन्फॉर्मेशन है न्यूयॉर्क स्टेट दी स्पेसिफिकली अगर तुसी न्यूयॉर्क विच रहिंदे हो तुसी स्क्रीन ते लिखी हुई कॉन्टैक्ट इन्फॉर्मेशन नोट कर लो कुछ डेट्स स्क्रीन ते लिखिया हुई हैं कदों ये हॉटलाइन एक्टिव होगी जून 5 तो ये न्यूयॉर्क सिटी खास करके बिजनेस रीस्टार्ट हॉटलाइन एक्टिव हैगी अगर तुसी खास करके न्यूयॉर्क सिटी दे 5 बोरोज क्वींस मैनहैटन ਬਰੁਕਲਿਨ ਬ੍ਰੋਂਕਸ ਸਟੈਟਨ ਆਈਲੈਂਡ ਵਿੱਚ ਰਹਿੰਦੇ ਤੁਹਾਨੂੰ ਇਮੀਡੀਏਟ ਅਸਿਸਟੈਂਸ ਮਿਲ ਸਕਦੀ ਹੈ ਐਂਡ ਤੁਸੀਂ ਕਿਸੇ ਨਾਲ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ ਜੋਤੀ ਜੀ ਜੋ ਇਹ ਸਟੇਟ ਸਪੈਸੀਫਿਕ ਗਾਈਡਲਾਈਨਸ ਜਿਸ ਤਰ੍ਹਾਂ ਤੁਸੀਂ ਨਿਊਯਾਰਕ ਦਾ ਹੁਣੇ ਦੱਸਿਆ ਇਹਦੀ ਇੱਕ ਇਹ ਸਭ ਤੋਂ ਆਪਾਂ ਕਹਿ ਸਕਦੇ ਹਾਂ ਮੇਨ ਗਾਈਡਲਾਈਨ ਜਾਂ ਰਿਕੁਆਇਰਮੈਂਟ ਇਹ ਹੈ ਕਿ ਤੁਹਾਨੂੰ ਆਲਰੇਡੀ PPP ਜਾਂ ਕੋਈ ਹੋਰ SBA ਲੋਨ ਨਹੀਂ ਮਿਲਿਆ ਐਂਡ ਤੁਸੀਂ ਇੰਨੇ ਛੋਟੇ ਹੋ ਮਤਲਬ ਜਿੱਦਾਂ 20 ਇੰਪਲੋਈਜ਼ ਤੋਂ ਕਮ ਤੁਹਾਡੇ ਇੰਪਲੋਈਜ਼ ਹਨ ਜਾਂ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੋ ਅਗਰ ਤੁਸੀਂ ਊਬਰ ਚਲਾਉਂਦੇ ਹੋ ਟੈਕਸੀ ਚਲਾਉਂਦੇ ਹੋ ਤੁਸੀਂ ਕੁਆਲੀਫਾਈ ਕਰਦੇ ਹੋ ਇਸ ਚੀਜ਼ ਲਈ ਤੁਹਾਨੂੰ ਅਗਰ ਹਾਲੇ ਤੱਕ ਕੁਛ ਨਹੀਂ ਮਿਲਿਆ ਗਵਰਨਮੈਂਟ ਵੱਲੋਂ ਫਾਈਨੈਂਸ਼ਲੀ ਬਿਜ਼ਨਸ ਲਈ ਤੁਸੀਂ ਅਗਰ ਨਿਊਯਾਰਕ ਵਿੱਚ ਹੋ ਤੁਸੀਂ ਜ਼ਰੂਰ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ ਇਹ ਸਪੈਸ਼ਲ ਛੋਟੇ ਬਿਜ਼ਨਸਿਸ ਲਈ ਡਿਜ਼ਾਈਨ ਹੋਇਆ ਹੈ ਇੱਕ ਹੋਰ ਫਾਈਨੈਂਸ਼ੀਅਲ ਅਸਿਸਟੈਂਸ ਦਾ ਜ਼ਰੀਆ ਜੋਤੀ ਜੀ ਇਸੇ ਤਰ੍ਹਾਂ ਤੁਸੀਂ ਹੋਰ 2-3 ਸਟੇਟਸ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਜਾਓਗੇ ਬਟ ਇੱਥੇ ਆਪਾਂ ਇੱਕ ਬ੍ਰੇਕ ਲਈ ਰੁਕਦੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੋਇਆ ਤੁਹਾਡੇ ਨਾਲ ਲੈ ਕੇ ਪ੍ਰੋਗਰਾਮ ਵੈਲਥ ਵਾਈਜ਼ ਅਤੇ ਸਾਡੇ ਨਾਲ ਜੁੜੇ ਹੋਏ ਸਾਡੇ ਗੈਸਟ ਜੋਤੀ ਸਿੰਘ ਪ੍ਰੈਜ਼ੀਡੈਂਟ ਨਾਨਕੀ ਕੈਪੀਟਲ ਦੇ ਜੋਤੀ ਜੀ ਕਾਲਰਸ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਲੀਜ਼ ਆਪਣੇ TV ਦਾ ਵੋਲਿਊਮ ਥੋੜ੍ਹਾ ਕਮ ਕਰਕੇ ਸਾਡੇ ਨਾਲ ਗੱਲ ਕਰੋ ਹਾਂਜੀ ਹਾਂਜੀ ਦੱਸੋ ਤੁਹਾਡਾ ਕੀ ਸਵਾਲ ਹੈ ਹਾਂਜੀ ਮੇਰਾ ਸਵਾਲ ਇਹ ਹੈ ਜੀ ਆਪਾਂ ਟੈਕਸੀਆਂ ਵਾਲੇ ਵਾਸਤੇ ਉਹਨਾਂ ਦਾ ਕੀ ਹਿਸਾਬ ਤਾ ਜਿਹੜੇ PP ਦੇ ਲੋਨ PP ਲੋਨ ਜਾਂ PP ਲੋਨ ਆ ਉਹ ਟੈਕਸੀਆਂ ਵਾਲੇ ਵੀ ਅਪਲਾਈ ਕਰ ਸਕਦੇ ਆ ਹਾਂਜੀ ਤੁਸੀਂ ਕਿਸ ਸਟੇਟ ਤੋਂ ਕਾਲ ਕਰ ਰਹੇ ਹੋ ਜੀ ਅਸੀਂ ਨਿਊਯਾਰਕ ਤੋਂ ਕਾਲ ਕਰਦੇ ਹਾਂ ਜੀ ਨਿਊਯਾਰਕ ਹਾਂਜੀ ਨਿਊਯਾਰਕ ਕੁਇਨਸ ਤੋਂ ਸਰ ਤੁਸੀਂ ਜੋਤੀ ਜੀ ਦੀ ਇਨਫੋਰਮੇਸ਼ਨ ਸਕਰੀਨ ਤੇ ਵੀ ਦੇਖ ਰਹੇ ਹੋ ਨੋਟ ਕਰ ਲਓ ਉਹਨੂੰ ਅਗਰ ਤੁਸੀਂ ਡਾਇਰੈਕਟਲੀ ਇਹਨਾਂ ਦੇ ਨਾਲ ਕੁਝ ਪੁੱਛਣਾ ਹੈ ਤੇ ਮੈਂ ਤੁਹਾਡੀ ਕਾਲ ਹੁਣ ਡਿਸਕਨੈਕਟ ਕਰ ਰਹੀ ਹਾਂ ਜੋਤੀ ਜੀ ਤੁਹਾਨੂੰ ਔਨ ਏਅਰ ਜਵਾਬ ਦੇਣਗੇ ਜੋਤੀ ਜੀ ਕਾਲਰ ਟੈਕਸੀ ਇੰਡਸਟਰੀ ਵਿੱਚ ਇਨਵੋਲਵਡ ਹਨ ਇੰਡੀਵਿਜੂਅਲ ਤੌਰ ਤੇ ਜਾਂ ਕਿਸੇ ਕੰਪਨੀ ਦੇ ਨਾਲ ਬਟ ਉਹਨਾਂ ਲਈ ਕੀ ਆਪਸ਼ਨਸ ਹਨ ਖਾਸ ਕਰਕੇ ਅਗਰ ਉਹ ਇੰਡੀਵਿਜੂਅਲ ਤੌਰ ਤੇ ਟੈਕਸੀ ਚਲਾ ਰਹੇ ਆ ਜਾਂ ਓਨਰ ਐਂਡ ਆਪਰੇਟਰ ਹਨ ਮੈਡਾਲੀਅਨ ਦੇ ਜਾਂ ਕੈਬ ਦੇ ਕੀ ਆਪਸ਼ਨਸ ਹਨ ਉਹਨਾਂ ਦੇ ਕੋਲ PPP ਲੋਨ ਨੂੰ ਲੈ ਕੇ ਹਾਂਜੀ ਐਕਚੁਲੀ ਉਹ ਅਪਲਾਈ ਕਰ ਸਕਦੇ ਹੈਗੇ ਅਤੇ ਟੈਕਸੀ ਡਰਾਈਵਰ ਊਬਰ ਡਰਾਈਵਰ ਲਿਫਟ ਡਰਾਈਵਰ ਟਰੱਕ ਡਰਾਈਵਰ ਸੋਲ ਪ੍ਰੋਪਰਾਈਟਰ ਗਿਗ ਵਰਕਰ ਇਹਨਾਂ ਲਈ ਐਪਲੀਕੇਸ਼ਨ ਹਲੇ ਵੀ ਚੱਲ ਰਹੀ ਹੈਗੀਆਂ ਅਤੇ ਤੁਸੀਂ ਜ਼ਰੂਰ ਅਪਲਾਈ ਕਰ ਲਓ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ ਸ਼੍ਰੀ ਆਈ ਵਾਂਟ ਟੂ ਸ਼ੇਅਰ ਇੱਕ ਹੋਰ ਗੱਲ ਜਿੱਦਾਂ ਅਸੀਂ ਕਹਿੰਦੇ ਨਾ ਦਾ ਕੋਸਟ ਆਫ ਮਨੀ ਕਿ ਅਸੀਂ ਲੋਨ ਲੈਂਦੇ ਹਾਂ ਅਤੇ ਇਸ ਟਾਈਮ ਉਹ ਕਿਉਂਕਿ ਰੇਟਸ ਇੰਨੇ ਲੋ ਹੈ ਆਈ ਜਸਟ ਵਾਂਟ ਟੂ ਗਿਵ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਸੀ ਜਿਹੜਾ ਨਿਊਯਾਰਕ ਫੰਡ ਦਏਗਾ ਜੇ ਅਸੀਂ $20,000 ਦਾ ਲੋਨ ਲਈਏ ਜੇ ਸਾਨੂੰ ਉਹ ਮਿਲ ਗਿਆ $20,000 ਲੋਨ
first year in any interest, no interest payment. You only pay $50 a month. Wow. So $50 a month on $28,000 on government daily. So $50 a month, 1 year only, no interest, just $50 for that without. Then your monthly payment for the next 60 months, $442. So you can understand that the cost, and if you have a $1,000 wapas pay kar to bhi without interest or prepay, you don't have prepayment penalty. So I just wanted to say, if you have $20,000 and 1 year, only you're paying $50 a month on that $20,000, you can definitely, and then also you can readjust and reassess your situation. ਜਿਹੜਾ ਰੇਟਸ ਹੈ ਨਾ ਉਹਦਾ ਕਾਫੀ ਇੰਟਰਸਟ ਰੇਟਸ ਦਾ ਕਾਫੀ ਫਰਕ ਪੈਂਦਾ ਹੈ ਤੁਹਾਡੀ ਕਿਸ਼ਤ ਦੇ ਵਿੱਚ ਐਂਡ ਜੇ ਕੋਈ ਕਹਿ ਰਿਹਾ ਤੁਹਾਨੂੰ ਪੂਰਾ ਸਾਲ ਤੁਹਾਨੂੰ ਇਟਸ ਲਾਈਕ ਅ ਜਸਟ ਦ ਬੇਸਿਕ $50 ਪੇਮੈਂਟ ਦੈਨ ਇਟਸ ਅ ਵੈਰੀ ਗੁੱਡ ਆਪਸ਼ਨ ਬਹੁਤ ਵਧੀਆ ਡੀਲ ਮਤਲਬ ਇਹ ਇਸ ਵੇਲੇ ਲੋਨਸ ਨੂੰ ਲੈ ਕੇ ਖਾਸ ਕਰਕੇ ਜੋ ਇੰਟਰਸਟ ਰੇਟਸ ਹਨ ਆਫਰ ਹੋ ਰਹੀ ਹੈ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਜ਼ਰੂਰ ਉਹਨਾਂ ਦੀ ਐਡਵਾਂਟੇਜ ਲੈਣ ਜੋਤੀ ਜੀ ਬੈਕ ਟੂ ਦੀ ਸਟੇਟ ਸਪੈਸਿਫਿਕ ਲੋਨਸ ਐਂਡ ਗ੍ਰਾਂਟਸ ਤੁਸੀਂ ਸਾਨੂੰ ਨਿਊਯਾਰਕ ਬਾਰੇ ਦੱਸਿਆ ਹੁਣ ਥੋੜ੍ਹਾ ਜਿਹਾ ਸਾਨੂੰ ਨਿਊ ਜਰਜ਼ੀ ਬਾਰੇ ਦੱਸੋ ਕਿ ਨਿਊ ਜਰਜ਼ੀ ਵਿੱਚ ਕੀ ਸਟੇਟ ਸਪੈਸਿਫਿਕ ਇਸ ਵੇਲੇ ਫਾਈਨੈਂਸ਼ੀਅਲ ਅਸਿਸਟੈਂਸ ਆਫਰ ਹੋ ਰਹੀ ਹੈ ਹਾਂਜੀ ਨਿਊ ਜਰਜ਼ੀ ਸੋ ਨਿਊ ਜਰਜ਼ੀ ਨੇ ਕੀ ਕੀਤਾ ਜਿੱਦਾਂ ਹੁਣ ਅਸੀਂ ਨਿਊਯਾਰਕ ਦਾ ਲੋਨ ਬਾਰੇ ਦੱਸਿਆ ਨਿਊ ਜਰਜ਼ੀ ਨੇ ਕੀਤਾ ਗ੍ਰਾਂਟ ਸੋ ਨਿਊ ਜਰਜ਼ੀ ਨੇ ਕੀ ਨਿਊ ਜਰਜ਼ੀ ਹੈਜ਼ ਅ ਗ੍ਰਾਂਟ ਜੇ ਤੁਸੀਂ ਸਮਾਲ ਬਿਜ਼ਨਸ ਹੈਗੇ 25 ਐਂਡ ਫਿਊਰ ਐਮਪਲੋਈਜ਼ ਅਗੇਨ ਇਹ ਛੋਟੇ ਬਿਜ਼ਨਸ ਨੂੰ ਦੇਖ ਰਹੇ ਜਿਹੜੇ 25 ਐਂਡ ਫਿਊਰ ਐਮਪਲੋਈਜ਼ ਹੈਗੇ ਤੁਸੀਂ ਨਿਊ ਜਰਜ਼ੀ ਦੀ ਬਿਜ਼ਨਸ ਹੈਗੇ ਤੁਸੀਂ ਨਿਊ ਜਰਜ਼ੀ ਦਾ ਤੁਹਾਡਾ ਲੋਕੇਸ਼ਨ ਹੈਗਾ ਈਵਨ ਹੋਮ ਬੇਸਡ ਬਿਜ਼ਨਸ ਹੈ ਜੇ ਤੁਸੀਂ ਹੋਮ ਤੋਂ ਕੰਮ ਕਰ ਰਹੇ ਹੋ ਤੁਸੀਂ ਹੋਮ ਬੇਸਡ ਬਿਜ਼ਨਸ ਹੈਗਾ ਲੋਕੇਟਡ ਇਨ ਨਿਊ ਜਰਜ਼ੀ ਤੁਹਾਨੂੰ ਗ੍ਰਾਂਟ ਮਿਲ ਸਕਦਾ ਹੈ ਅਪ ਟੂ $10,000 ਹੁਣ ਨਿਊ ਜਰਜ਼ੀ ਨੇ ਕੀ ਕੀਤਾ ਹੈਗਾ ਯੂਜ਼ਿੰਗ ਦ ਜਿੱਦਾਂ ਹੁਣ ਐਸ ਬੀ ਆਈ ਨੇ ਕੀਤਾ ਸੀਗਾ ਪਰ ਐਮਪਲੋਈ $1,000 ਗ੍ਰਾਂਟ ਹੈ ਸੋ ਜੇ ਤੁਸੀਂ ਕੱਲਾ ਇਫ ਆਈ ਐਮ ਜਸਟ ਵਨ ਆਪਣਾ ਸੋਲ ਪ੍ਰੋਪਰਾਈਟਰ ਮੈਂ ਟੈਕਸੀ ਚਲਾ ਰਹੀ ਹਾਂ ਮੈਂ ਕੁਆਲੀਫਾਈ ਕਰ ਰਹੀ ਹਾਂ ਗ੍ਰਾਂਟ ਲਈ ਮੈਂ ਐਪਲੀਕੇਸ਼ਨ ਫਿਰ ਮੈਨੂੰ $1,000 ਮਿਲੇ ਆਈ ਗੈਟ $1,000 ਫਰੋਮ ਦ ਫੰਡ ਟੂ ਪੇ ਮਾਈ ਐਕਸਪੈਂਸਿਸ ਉਹ ਸੋ $1,000 ਮੈਂ ਇੰਸ਼ੋਰੈਂਸ ਜਾਂ ਜਿਹੜੀ ਮੈਂ ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ $1,000 ਨਿਊ ਜਰਜ਼ੀ ਐਮਰਜੈਂਸੀ ਡਿਜ਼ਾਸਟਰ ਲੋਨ ਤੁਹਾਨੂੰ ਦੇ ਰਹੇ ਹਾਂ ਜੇ ਤੁਹਾਡੇ ਕੋਲ 2-3 ਪਰ ਇੰਪਲੋਈ ਮੈਕਸੀਮਮ ਇਹਦਾ ਗ੍ਰਾਂਟ ਹੈ $10,000 ਤੱਕ ਸੋ ਅਗੇਨ ਜੇ ਤੁਸੀਂ ਸਮਾਲ ਬਿਜ਼ਨਸ ਹੈ ਰੈਸਟੋਰੈਂਟ ਹੋਏ ਗੈਸ ਸਟੇਸ਼ਨ ਹੋਏ ਕੋਈ ਵੀ ਇੱਦਾਂ ਜੀ ਕੋਈ ਸਮਾਲ ਬਿਜ਼ਨਸ ਹੈ ਜਿਹੜੇ 25 ਐਂਡ ਸਮਾਲਰ ਇੰਪਲੋਈਜ਼ ਹੈ ਨਿਊ ਜਰਜ਼ੀ ਇਜ਼ ਆਫਰਿੰਗ ਅ ਗ੍ਰਾਂਟ ਇਨ ਐਡੀਸ਼ਨ ਬਟ ਅਗੇਨ ਇਹਦੇ ਵਿੱਚ ਲਿਖਿਆ ਹੈਗਾ ਇਹ ਨੋਨ ਪ੍ਰੋਫਿਟ ਵੀ ਆ ਸਕਦੇ ਆ ਪਰ ਇਹਦੇ ਵਿੱਚ ਉਹ ਵੀ ਲਿਖਿਆ ਕਿ ਜਿਹਨਾਂ ਨੂੰ ਐਸ ਬੀ ਆਈ ਦਾ ਫੰਡ ਨਹੀਂ ਮਿਲਿਆ ਜੀ ਸੋ ਇਹਦੇ ਵਿੱਚ ਜ਼ਰੂਰ ਤੁਸੀਂ ਉਹਦਾ ਧਿਆਨ ਰੱਖਣਾ ਹੈਗਾ ਸੋ ਯੂ ਹੈਵ ਟੂ ਬੀ ਰਜਿਸਟਰਡ ਐਂਡ ਯੂ ਹੈਵ ਟੂ ਬੀ ਆਪਰੇਟਿੰਗ ਐਂਡ ਗੁਰਦੁਆਰੇ ਹਨ ਜੋ ਨੋਨ ਪ੍ਰੋਫਿਟ ਆਰਗਨਾਈਜੇਸ਼ਨ ਦੇ ਤੌਰ ਤੇ ਆਲਰੇਡੀ ਰਜਿਸਟਰਡ ਹੈਗੇ ਉਹਨਾਂ ਨੂੰ ਨਿਊ ਜਰਜ਼ੀ ਸਟੇਟ ਵੱਲੋਂ ਇੱਕ ਗ੍ਰਾਂਟ ਮਿਲ ਸਕਦੀ ਹੈ ਐਂਡ ਵੰਸ ਅਗੇਨ ਗ੍ਰਾਂਟ ਮਤਲਬ ਉਹੋ ਜਿਹਾ ਮਨੀ ਜੋ ਤੁਹਾਨੂੰ ਮੋੜਨਾ ਨਹੀਂ ਪੈਣਾ ਉਹ ਤੁਹਾਨੂੰ ਗ੍ਰਾਂਟ ਕਰੇ ਤੁਹਾਨੂੰ ਦੇ ਰਹੇ ਆ ਉਹ ਪੈਸਾ ਤੁਸੀਂ ਉਹਨੂੰ ਅਗਰ ਸਹੀ ਤਰੀਕੇ ਨਾਲ ਕੁਆਲੀਫਾਈ ਕਰਦੇ ਹੋ ਅਤੇ ਇਸਤੇਮਾਲ ਕਰਦੇ ਹੋ ਉਹ ਪੈਸਾ ਤੁਹਾਨੂੰ ਮੋੜਨਾ ਨਹੀਂ ਪੈਣਾ ਅਤੇ ਗੁਰਦੁਆਰੇ ਵੀ ਇਸ ਚੀਜ਼ ਦਾ ਜ਼ਰੂਰ ਅਗਰ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਹੈ ਲੈ ਸਕਦੇ ਆ ਹੈਲਪ ਬਟ ਵੰਸ ਅਗੇਨ ਤੁਹਾਨੂੰ ਹੋਰ ਕੋਈ ਫਿਰ ਹੈਲਪ ਨਹੀਂ ਮਿਲੀ ਹੋਣੀ ਚਾਹੀਦੀ ਭਾਵੇਂ ਉਹ ਪੀ 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 ਹੋਏ ਭਾਵੇਂ ਉਹ ਕੋਈ ਹੋਰ ਸਮਾਲ ਬਿਜ਼ਨਸ ਲੋਨ ਅਤੇ ਜੋਤੀ ਜੀ ਸਾਨੂੰ ਪਲੀਜ਼ ਕੈਲੀਫੋਰਨੀਆ ਬਾਰੇ ਵੀ ਦੱਸੋ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੀ ਕੁਝ ਸਟੇਟ ਸਪੈਸਿਫਿਕ ਪ੍ਰੋਗਰਾਮਸ ਆਫਰ ਹੋਏ ਹਨ ਹਾਂਜੀ ਸੋ ਕੈਲੀਫੋਰਨੀਆ ਦਾ ਮੈਂ ਜਦੋਂ ਪਤਾ ਕੀਤਾ ਸੀਗਾ ਵੈਰੀ ਇੰਟਰਸਟਿੰਗ ਹੈਗਾ ਕਿ ਕੈਲੀਫੋਰਨੀਆ ਨੇ ਨਾ ਲੋਨ ਨਹੀਂ ਹੈ ਨਾ ਗ੍ਰਾਂਟ ਨਹੀਂ ਹੈ ਪਰ ਇਟਸ ਐਕਚੁਅਲੀ ਅ ਲੋਨ ਬਟ ਇੰਟਰਸਟਿੰਗ ਟਾਈਪ ਆਫ ਲੋਨ ਕੈਲੀਫੋਰਨੀਆ ਗਵਰਨਮੈਂਟ ਕਹਿ ਰਹੀ ਹੈਗੀ ਹੈ ਕਿ ਅਸੀਂ 95% ਤੁਹਾਡਾ ਲੋਨ ਗਾਰੰਟੀ ਕਰਾਂਗੇ ਲੈਟਸ ਸੇ ਫੋਰ ਐਗਜ਼ਾਮਪਲ ਕਿਸੇ ਨੇ ਲੋਨ ਲੈਣਾ ਹੈ ਅਤੇ ਜਿਹੜਾ ਲੈਂਡਰ ਹੈਗਾ ਬੈਂਕ ਹੈਗਾ ਉਹ ਹੈਜ਼ੀਟੇਸ਼ਨ ਕਰ ਰਿਹਾ ਕਿ ਯੂ ਨੋ ਅਸੀਂ ਇਹਨਾਂ ਨੂੰ ਲੋਨ ਦਈਏ ਨਾ ਦਈਏ ਬਟ ਹੁਣ ਕੈਲੀਫੋਰਨੀਆ ਗਵਰਨਮੈਂਟ ਕਹਿ ਰਿਹਾ ਕਿ ਅਸੀਂ 95% ਅਸੀਂ ਗਾਰੰਟੀ ਕਰਾਂਗੇ ਇਸ ਲੋਨ ਦੇ ਸੋ ਤੁਹਾਡਾ ਬੈਕਅਪ ਹੋ ਗਿਆ ਸੋ ਇਹਦੇ ਵਿੱਚ 5-6-7 ਬੈਂਕਸ ਐਂਡ ਇੰਸਟੀਟਿਊਸ਼ਨਸ ਕੈਲੀਫੋਰਨੀਆ ਗਵਰਨਮੈਂਟ ਨੇ ਕੀਤਾ ਹੈਗਾ ibank.ca.gov ਇਹ ਕੈਲੀਫੋਰਨੀਆ ਦਾ ਜਿਹੜਾ ਗਾਰੰਟੀ ਇਹਨੂੰ ਕਹਿੰਦੇ ਗਾਰੰਟੀ ਲੋਨ ਗਾਰੰਟੀ ਬਿਕਾਜ਼
when you go for a loan, tonu koi na koi collateral or co-signer, sometimes tonu koi na koi cheez dikhani pendi hai, but is which government is saying, California government is saying ki assi 95% toda loan guarantee karenge. So jehda bank hai kende ken ke hanji a small business hai, California government is guaranteeing 95%. They assi inna nu loan devange agge inna di phir jo loan and lender requirements o per lender per bank hai. But it is a called a guarantee, loan guarantee. ਇਹਦੇ ਵਿੱਚ ਤੁਸੀਂ ibank.ca.gov ਦੇ ਬਾਰੇ ਤੁਸੀਂ ਹੋਰ ਜਾਣਕਾਰੀ ਕਰ ਸਕਦੇ ਹੋ। ਸੋ ਇਹ ਕੈਲੀਫੋਰਨੀਆ ਦਾ ਥੋੜ੍ਹਾ ਜਿਹਾ ਇੰਟਰਸਟਿੰਗ ਅਪਰੋਚ ਹੈਗਾ। ਜੀ ਜੀ, ਜੋਤੀ ਸਿੰਘ, ਪ੍ਰੈਜ਼ੀਡੈਂਟ ਆਫ ਨਾਨਕੀ ਕੈਪੀਟਲ, ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਕੁਛ ਜਾਣਕਾਰੀ ਜੋ ਹੁਣ ਸਟੇਟਸ ਵੱਲੋਂ ਇੰਡੀਵਿਜੁਅਲ ਸਟੇਟਸ ਹੁਣ ਫਾਈਨੈਂਸ਼ੀਅਲ ਅਸਿਸਟੈਂਸ ਲਈ ਵੱਖ ਵੱਖ ਪ੍ਰੋਗਰਾਮਸ ਆਫਰ ਕਰ ਰਹੀਆਂ ਉਹਦੇ ਬਾਰੇ ਦੱਸਿਆ। ਜੋ ਕੁਛ ਵੱਡੀ ਸਟੇਟਸ ਜਿੱਦਾਂ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ, ਇਹਦੇ ਬਾਰੇ ਤੁਸੀਂ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਅਤੇ ਇਹਦੇ 'ਚ ਇਹ ਬਹੁਤ ਵੱਡੀ ਗੱਲ ਹੈ ਕਿ ਕੁਛ ਪ੍ਰੋਗਰਾਮਸ ਤੁਹਾਨੂੰ ਗ੍ਰਾਂਟ ਦਿੰਦੇ ਆ, ਮਤਲਬ ਉਹ ਪੈਸਾ ਅਗਰ ਤੁਸੀਂ ਕੁਆਲੀਫਾਈ ਕਰਦੇ ਉਹਦੇ ਲਈ, ਸਾਰੇ ਜੋ ਉਹਦੇ ਮਤਲਬ ਕ੍ਰਾਈਟੀਰੀਆ ਹਨ ਤੁਸੀਂ ਉਹਨਾਂ ਨੂੰ ਮੀਟ ਕਰਦੇ ਹੋ, ਉਹ ਪੈਸਾ ਤੁਹਾਨੂੰ ਮਿਲ ਸਕਦਾ, ਤੁਹਾਨੂੰ ਉਹ ਮੋੜਨਾ ਨਹੀਂ ਪੈਣਾ, ਉਹ ਲੋਨ ਨਹੀਂ ਤੁਹਾਡੇ ਸਿਰ 'ਤੇ ਚੜ੍ਹਿਆ। ਵਰਸਿਸ ਕੁਛ ਇਹੋ ਜਿਹੇ ਲੋਨਸ ਆਫਰ ਹੋ ਰਹੇ ਹਨ ਜਿਸ ਤਰ੍ਹਾਂ ਨਿਊਯਾਰਕ ਵਿੱਚ, ਜਿਨ੍ਹਾਂ ਦੇ ਰੇਟਸ, ਖਾਸ ਕਰਕੇ ਇੰਟਰਸਟ ਰੇਟਸ ਜਾਂ ਰੀਪੇਮੈਂਟ ਜੋ ਆਪਸ਼ਨਸ ਹਨ, ਬਹੁਤ ਅਟਰੈਕਟਿਵ ਹੈ ਇਸ ਵੇਲੇ। ਅਤੇ ਜ਼ਰੂਰ ਅਗਰ ਕੋਈ ਬਿਜ਼ਨਸ ਨੂੰ ਉਸ ਚੀਜ਼ ਦੀ ਐਡਵਾਂਟੇਜ ਲੈਣੀ ਚਾਹੀਦੀ ਹੈ, ਜ਼ਰੂਰਤ ਹੈ ਲੈਣੀ ਚਾਹੀਦੀ ਹੈ ਉਹਨਾਂ ਨੂੰ ਐਡਵਾਂਟੇਜ। ਐਂਡ ਲਾਸਟ ਐਂਡ ਬਟ ਨਾਟ ਲੀਸਟ, ਆਈ ਥਿੰਕ ਸਭ ਤੋਂ ਇੰਪੋਰਟੈਂਟ ਇਹੀ ਚੀਜ਼ ਹੈਗੀ ਦੈਟ ਜੋ PPP ਫੰਡਸ ਗਵਰਨਮੈਂਟ, ਫੈਡਰਲ ਗਵਰਨਮੈਂਟ ਵੱਲੋਂ ਦਿੱਤੇ ਗਏ ਸੀ, ਉਹ ਹਾਲੇ ਵੀ ਅਵੇਲੇਬਲ ਹਨ। ਅਤੇ ਖਾਸ ਕਰਕੇ ਜੋ ਸਮਾਲ ਬਿਜ਼ਨਸਿਸ ਹੈ ਜਾਂ ਇੰਡੀਪੈਂਡੈਂਟ ਕੰਟਰੈਕਟਰ, ਜਿੱਦਾਂ ਕੁਛ ਸਾਡੇ ਟੈਕਸੀ ਇੰਡਸਟਰੀ ਵਿੱਚ ਊਬਰ ਡਰਾਈਵਰ, ਟਰੱਕਿੰਗ ਡਰਾਈਵਰਸ, ਜੋ ਓਨ ਵੀ ਕਰਦੇ ਆ, ਓਪਰੇਟ ਵੀ ਕਰਦੇ, ਜਾਂ ਭਾਵੇਂ ਤੁਸੀਂ ਖਾਲੀ ਓਪਰੇਟ ਹੀ ਕਰਦੇ ਹੋ, ਤੁਸੀਂ ਕੁਆਲੀਫਾਈ ਕਰਦੇ ਹੋ ਇਨ ਪ੍ਰੋਗਰਾਮਸ ਲਈ। ਜੋਤੀ ਜੀ, ਇਨਫੋਰਮੇਸ਼ਨ ਤਾਂ ਬਹੁਤ ਜ਼ਿਆਦਾ ਹੈ ਅਤੇ ਅਫਕੋਰਸ ਤੁਹਾਨੂੰ ਵਾਪਸ ਆਉਣਾ ਪੈਣਾ ਹੈ, ਬਟ ਅੱਜ ਦੇ ਐਪੀਸੋਡ ਲਈ ਜਾਂਦੇ ਜਾਂਦੇ ਕੋਈ ਕਲੋਜ਼ਿੰਗ ਮੈਸੇਜਸ? ਥੈਂਕ ਯੂ ਅਸ਼ਮਿਤਾ, ਥੈਂਕ ਯੂ ਸੋ ਮੱਚ। ਅਤੇ ਮੈਂ ਬਸ ਇਹੀ ਕਹਾਂਗੀ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਜਿੱਥੇ ਤੁਹਾਨੂੰ ਤੁਸੀਂ ਐਪਲੀਕੇਸ਼ਨ ਜ਼ਰੂਰ ਪਾਓ। June 30th ਤੱਕ ਹਾਲੇ SBA ਦਾ ਫੰਡਿੰਗ ਖੁੱਲ੍ਹੀ ਹੈ। ਹੋਰ ਜਿੱਥੇ ਜਿੱਥੇ ਤੁਸੀਂ ਐਪਲੀਕੇਸ਼ਨ ਗ੍ਰੈਂਟ ਪਤਾ ਕਰੋ, ਐਂਡ ਡੈਫੀਨੇਟਲੀ ਤੁਸੀਂ ਇਸ ਚੀਜ਼ ਦਾ ਕੈਪੀਟਲ ਐਕਸੈਸ ਕਰੋ। ਅੱਗੇ ਫਿਰ ਤੁਹਾਡੇ ਬਿਜ਼ਨਸ ਵਾਸਤੇ ਸਟੇਬਿਲਿਟੀ ਆਏਗੀ ਅਤੇ ਹੋਰ ਤੁਸੀਂ ਫਿਰ ਡਿਸੀਜਨ ਲੈ ਸਕੋਗੇ ਕਿ ਅੱਗੇ ਕਿੱਦਾਂ ਅਸੀਂ ਐਡਜਸਟ ਕਰਨਾ ਹੈ। ਐਂਡ ਦੂਜੀ ਗੱਲ ਹੈਗੀ, ਆਈ ਜਸਟ ਵਾਂਟ ਟੂ ਸੇ ਕਿ ਤੁਸੀਂ ਜ਼ਰੂਰ ਆਪਣਾ ਪਲਾਨ, ਯੂ ਨੋ, ਮੇਕ ਸ਼ੋਰ ਕਿ ਤੁਸੀਂ ਕਿਸੇ ਨਾਲ ਵੀ ਲੈਂਡਰ, ਬੈਂਕ ਜਾਂ ਗ੍ਰਾਂਟ ਏਜੰਸੀ ਨਾਲ ਗੱਲ ਕਰਨੀ ਜਾਂ SBA, ਤੁਸੀਂ ਜ਼ਰੂਰ ਆਪਣਾ ਕਹਿਣਾ ਹੈਗਾ ਦੈਟ ਵੀ ਆਰ ਅਫੈਕਟਿਡ ਬਾਈ ਦਾ ਕੋਵਿਡ ਕ੍ਰਾਈਸਿਸ, ਸਾਨੂੰ ਨੈਗੇਟਿਵ ਇੰਪੈਕਟ ਹੈਗਾ। ਐਂਡ ਤੁਸੀਂ ਜ਼ਰੂਰ ਆਪਣਾ ਸਟੇਟ ਯੋਰ ਕੇਸ ਕਿ ਆਪਣੀ ਜੋ ਹਾਰਡਸ਼ਿਪ ਆਈ ਹੈ, ਸਾਨੂੰ ਜਿਹੜੀ ਹਾਰਡਸ਼ਿਪ ਆਈ ਹੈ, ਤੁਸੀਂ ਜ਼ਰੂਰ ਉਸ ਚੀਜ਼ ਨੂੰ ਅੱਗੇ ਦੱਸਣਾ ਹੈਗਾ, ਕਿਉਂਕਿ ਫਿਰ ਉਸ ਹਾਰਡਸ਼ਿਪ 'ਤੇ ਤੁਹਾਨੂੰ ਡੈਫੀਨੇਟਲੀ ਲੋਨ ਦੀ ਗ੍ਰਾਂਟ ਵਿਲ ਬੀ ਮੋਰ ਲਾਈਕਲੀ ਟੂ ਬੀ ਅਪਰੂਵਡ। ਜੀ ਜੀ, ਵਾਂਸ ਅਗੇਨ ਜੋਤੀ ਜੀ, ਥੈਂਕ ਯੂ ਫੋਰ ਜੁਆਇਨਿੰਗ, ਸਟੇ ਸੇਫ, ਐਂਡ ਤੁਹਾਡੇ ਨਾਲ ਜ਼ਰੂਰ ਛੇਤੀ ਗੱਲ ਕਰਾਂਗੇ। ਬਟ ਇੱਥੇ ਮੈਂ ਬਾਕੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਰ ਤੁਹਾਨੂੰ ਕੋਈ ਵੀ ਕੁਐਸਚਨਸ ਇਸ ਚੀਜ਼, ਇਸ ਟੋਪਿਕ ਨੂੰ ਲੈ ਕੇ ਸਪੈਸੀਫਿਕਲੀ ਹਨ, ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਇਹ ਪ੍ਰੋਗਰਾਮ ਬਣਾਇਆ ਹੈ ਤੁਹਾਡੇ ਹੈਲਪ ਲਈ ਹੈਗਾ। ਐਂਡ ਜਿੱਥੇ ਹੈਲਪ ਦੀ ਗੱਲ ਆਉਂਦੀ ਹੈ, ਅਗਰ ਤੁਸੀਂ ਕੋਈ ਬਿਜ਼ਨਸ ਓਨਰ ਹੈਗੇ ਜਾਂ ਤੁਸੀਂ ਬਿਜ਼ਨਸ ਤੋਂ ਇੰਪੈਕਟਡ ਹੋ ਇੰਪਲੋਈ ਤੌਰ 'ਤੇ, ਤੁਸੀਂ ਜ਼ਰੂਰ ਆਪਣਾ ਡਾਕੂਮੈਂਟੇਸ਼ਨ ਅਤੇ ਆਪਣੀ ਵੱਖ ਵੱਖ ਡੇਟਸ, ਆਪਣੀ ਕੇਸ ਦੀ ਇਨਫੋਰਮੇਸ਼ਨ, ਸੋ ਟੂ ਸਪੀਕ, ਸਾਂਭ ਕੇ ਰੱਖੋ, ਉਹਨੂੰ ਕਲੈਕਟ ਕਰਕੇ ਪ੍ਰੋਪਰਲੀ ਔਰਗਨਾਈਜ਼ ਕਰੋ। ਬਿਕੋਜ਼ ਭਾਵੇਂ ਤੁਸੀਂ ਇੱਕ ਲੋਨ ਲੈਣਾ ਹੈ, ਭਾਵੇਂ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਸੀ, ਉਹ ਨਹੀਂ ਸ਼ੁਰੂ ਹੋਇਆ, ਉਹ ਸਾਰੀ ਇਨਫੋਰਮੇਸ਼ਨ ਤੁਸੀਂ ਆਪਣੇ ਨਾਲ ਸਾਂਭ ਕੇ ਰੱਖੋ। ਬਿਕੋਜ਼ ਜਦੋਂ ਤੁਸੀਂ ਅੱਗੇ ਲੋਨ ਲੈਣਾ ਹੈ, ਭਾਵੇਂ ਉਹ ਗਵਰਨਮੈਂਟ ਵੱਲੋਂ ਹੋਏ, ਕਿਸੇ ਪ੍ਰਾਈਵੇਟ ਬੈਂਕਰ ਥਰੂ ਹੋਏ, ਉਹਨਾਂ ਨੇ ਜ਼ਰੂਰ ਤੁਹਾਡੇ ਤੋਂ ਇਹ ਚੀਜ਼ ਪੁੱਛਣੀ ਹੈ ਕਿ ਤੁਸੀਂ ਕਿਸ ਤਰ੍ਹਾਂ ਅਫੈਕਟ ਹੋਏ ਸੀ ਕੋਵਿਡ ਤੋਂ। ਭਾਵੇਂ ਤੁਹਾਡੇ ਇੰਪਲੋਇਰ ਨੇ ਤੁਹਾਨੂੰ 2 ਮਹੀਨੇ ਲਈ ਤਨਖਾਹ ਨਹੀਂ ਦਿੱਤੀ, ਜਾਂ ਤੁਹਾਡੀ ਟੈਕਸੀ ਨਹੀਂ ਚੱਲ ਰਹੀ, ਜਾਂ ਤੁਹਾਡਾ ਬਿਜ਼ਨਸ ਡਿਲੇਅ ਕਰਕੇ ਖੁੱਲ੍ਹਿਆ, ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਤੋਂ ਅਗਰ ਔਰਗਨਾਈਜ਼ ਤਰੀਕੇ ਨਾਲ ਸੇਵ ਹੋਏਗੀ, ਤਦ ਹੀ ਤੁਸੀਂ ਅੱਗੇ ਉਹਨੂੰ ਕਿਸੇ ਨੂੰ ਦੇ ਕੇ ਆਪਣੇ ਲਈ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਲੈ ਸਕਦੇ ਹੋ। ਬਟ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਗਲੇ ਮੰਡੇ 7 PM ਸ਼ਾਰਪ, ਓਨਲੀ ਔਨ ਜਸ ਪੰਜਾਬੀ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।